ਸ੍ਰੀ ਮੁਕਸਰ ਸਾਹਿਬ ਥਾਣੇ ਦੇ ਅੰਦਰ ਪੁਲਿਸ ਕਸਟਡੀ ਦੇ ਵਿੱਚ ਵਕੀਲ ਦੇ ਨਾਲ ਕੁੱਟਮਾਰ ਜੋ ਹੋਈ ਸੀ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਐਸਪੀ ਸਮੇਤ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ 바ਰ ਕਾਉਂਸਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਜਿਹੜਾ ਮੁੱਦਾ ਉਠਾਇਆ ਗਿਆ ਸੀ ਕਿ ਪੁਲਿਸ ਮੁਲਾਜ਼ਮ ਜੋ ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਸ ਤੋਂ ਇਲਾਵਾ ਬਾਰ ਕਾਉਂਸਲ ਨੇ ਡੀਜੀਪੀ ਪੰਜਾਬ ਪੁਲਿਸ ਨੂੰ ਵੀ ਸ਼ਿਕਾਇਤ ਭੇਜੀ ਸੀ ਐਸਪੀ ਰਮਨਦੀਪ ਸਿੰਘ ਪੁੱਲਰ ਸੀਆਈਏ ਇਨਚਾਰਜ ਰਮਨ ਕੁਮਾਰ ਅਤੇ ਹੌਲਦਾਰ ਹਰਬੰਸ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬਾਰ ਐਸੋਸੀਏਸ਼ਨ ਦੇ ਵਫ਼ਦ ਦੀ ਬੈਠਕ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਹੈ ਉਹਨਾਂ ਉੱਤੇ ਮੁਖਸਰ ਦੇ ਵਕੀਲ ਵਰਿੰਦਰ ਸਿੰਘ ਸੰਧੂ ਪੁਲਿਸ ਹਿਰਾਸਤ ਦੇ ਦੌਰਾਨ ਕਥਿਤ ਤੌਰ ਦੇ ਉੱਪਰ ਗੈਰ ਕੁਦਰਤੀ ਤਸ਼ੱਦਦ ਕਰਨ ਦੇ ਇਲਜ਼ਾਮ ਨੇ ਜਿਸ ਦੇ ਵਿਰੁੱਧ ਵਿੱਚ ਪੰਜਾਬ ਭਾਰਤ ਦੇ ਵਿੱਚ ਵਕੀਲਾਂ ਵੱਲੋਂ ਪਿਛਲੇ 2 ਦਿਨਾਂ ਤੋਂ ਹੜਤਾਲ ਕੀਤੀ ਜਾ ਰਹੀ ਸੀ ਇਸ ਹੜਤਾਲ ਦੀ ਅਗਵਾਈ ਪੰਜਾਬ ਹਰਿਆਣਾ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਕਰ ਰਹੀ ਸੀ ਇਸ ਦੌਰਾਨ ਮੁਖਸਰ ਪੁਲਿਸ ਨੇ ਆਪਣੇ ਹੀ ਐਸਪੀ ਰਮਨਦੀਪ ਸਿੰਘ ਪੁੱਲਰ ਇੰਸਪੈਕਟਰ ਰਮਨ ਕੁਮਾਰ ਅਤੇ 4 ਹੋਰ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਦਰ ਥਾਣਾ ਮੁਕਸਰ ਵਿਖੇ ਕਥਿਤ ਗੈਰ ਕੁਦਰਤੀ ਅਪਰਾਧ ਅਪਰਾਧਿਕ ਧਮਕੀਆਂ ਅਤੇ ਹੋਰਾਂ ਦੇ ਹੋਰਾਂ ਦੇ ਇਲਜ਼ਾਮਾਂ ਤਹਿਤ ਜਿਹੜਾ ਹੈ ਕੇਸ ਦਰਜ ਕੀਤਾ ਸੀ ਸੀਆਈਏ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਵੱਲੋਂ ਮੁਕਸਰ ਸਿਟੀ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਐਡਵੋਕੇਟ ਅਤੇ ਪਿੰਡ ਸੋਨੇਵਾਲਾ ਦੇ ਵਸਨੀਕ ਗਵਿੰਦਰ ਸਿੰਘ ਸੰਧੂ ਅਤੇ ਸੁਰਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਸ਼ਿਕਾਇਤ ਦੇ ਵਿੱਚ ਇਲਜ਼ਾਮ ਲਗਾਏ ਗਏ ਕਿ ਦੋਵਾਂ ਨੇ ਪੁਲਿਸ ਮੁਲਾਜ਼ਮਾਂ ਦੀ ਟੀਮ ਦੇ ਨਾਲ ਕਥਿਤ ਤੌਰ ਤੇ ਉੱਪਰ ਕੁੱਟਮਾਰ ਕੀਤੀ ਤੇ ਉਹਨਾਂ ਦੀਆਂ ਵਰਦੀਆਂ ਪਾੜ ਦਿੱਤੀਆਂ ਇਹ ਇਲਜ਼ਾਮ ਲੱਗੇ ਸੀ ਵਕੀਲ ਤੇ ਉਸਦੇ ਸਾਥੀ ਦੇ ਉੱਪਰ ਪੁਲਿਸ ਮੁਤਾਬਕ ਇਹ ਸਭ ਉਦੋਂ ਹੋਇਆ ਜਦੋਂ 14 ਸਤੰਬਰ ਦੀ ਰਾਤ ਨੂੰ ਮੁਕਸਰ ਸ਼ਹਿਰ ਦੇ ਟਿੱਬੀ ਸਾਹਿਬ ਰੋਡ ਤੇ ਡਿਊਟੀ ਕਰ ਰਹੇ ਸੀ ਮੁਲਾਜ਼ਮ ਦੋਮਾ ਮਲਜ਼ਮਾ ਨੂੰ 15 ਸਤੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ ਨੈਰਾਇਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਵਕੀਲ ਤੇ ਉਸ ਦੇ ਸਾਥੀ ਨੂੰ ਪਰ ਅਗਲੇ ਦਿਨ ਐਡਵੋਕੇਟ ਵਰਿੰਦਰ ਸਿੰਘ ਸੰਧੂ ਨੇ ਸੀਏ ਸਟਾਫ ਕੰਪਲੈਕਸ ਦੇ ਵਿੱਚ ਆਪਣੇ ਨਾਲ ਹੋਏ ਅਣਮੁੱਖ ਮਨੁੱਖੀ ਵਿਵਹਾਰ ਦਾ ਇਲਜ਼ਾਮ ਲਗਾਉਂਦਿਆਂ ਮੁੜ ਡਾਕਟਰੀ ਜਾਂਚ ਦੀ ਬੇਨਤੀ ਕੀਤੀ ਸੀ ਵਰਿੰਦਰ ਸਿੰਘ ਦੇ ਵਕੀ ਜਿਹੜਾ ਵਰਿੰਦਰ ਸਿੰਘ ਦੇ ਵਕੀਲ ਨੇ ਕਿਹਾ ਕਿ ਦੂਜੀ ਡਾਕਟਰੀ ਜਾਂਚ ਦੀ ਰਿਪੋਰਟ ਉਸ ਦੇ ਸਰੀਰ ਤੇ ਸੱਟਾਂ ਲੱਗੀਆਂ ਪਾਈਆਂ ਗਈਆਂ ਜਦੋਂ ਪਹਿਲੀ ਕੀਤੀ ਗਈ ਸੀ ਰਿਪੋਰਟ ਤਾਂ ਉਸ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਵਿਰਿੰਦਰ ਸਿੰਘ ਜੋ ਆਪ ਪੇਸ਼ੇਵਰ ਜੋ ਵਕੀਲ ਨੇ 21 ਸਤੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਪੇਸ਼ ਹੋ ਕੇ ਉਹ ਬਿਆਨ ਉਹਨਾਂ ਨੇ ਆਪਣੇ ਦਰਜ ਕਰਵਾਇਆ 13 ਪੇਜਾਂ ਦੇ ਬਿਆਨ ਹੈ ਸਟੇਟਮੈਂਟ ਦਿੱਤੀ ਹੈ ਅਦਾਲਤ ਦੇ ਵਿੱਚ ਮੁਕਸਰ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ 22 ਸਤੰਬਰ ਨੂੰ ਇੱਕ ਹੁਕਮ ਜਾਰੀ ਕਰਦਿਆ ਮੁਕਸਰ ਸਦਰ ਪੁਲਿਸ ਦੇ ਸਟੇਸ਼ਨ ਹਾਊਸ ਅਫਸਰ ਨੂੰ ਪੁਲਿਸ ਅਧਿਕਾਰੀਆਂ ਅਤੇ ਅਫਸਰਾਂ ਦੇ ਵਿਰੁੱਧ ਕੇਸ ਦਰਜ ਕਰਨ ਦੇ ਨਿਰਦੇਸ਼ ਨਿਰਦੇਸ਼ ਜਿਹੜੇ ਉਹ ਦੇ ਦਿੱਤੇ ਸੀ ਅਦਾਲਤ ਨੇ ਕਿਹਾ ਕਿ ਪੀੜਤ ਐਡਵੋਕੇਟ ਵਰਿੰਦਰ ਸਿੰਘ ਦੇ ਬਿਆਨਾਂ ਦੀ ਪਰਚੋਲ ਤੋਂ ਪਤਾ ਲੱਗਿਆ ਕਿ ਉਸ ਵੱਲੋਂ ਲਗਾਏ ਗੇ ਇਲਜ਼ਾਮ ਇਨ੍ਹਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਲਈ ਕਾਫੀ ਹੈਗੇ ਨੇ ਇਸ ਦੇ ਸਤੋਂ ਬਾਅਦ ਫਿਰ ਮਾਮਲਾ ਦਰਜ ਹੁੰਦਾ ਪੁਲਿਸ ਅਧਿਕਾਰੀਆਂ ਦੇ ਉੱਪਰ ਤੇ ਅੱਜ ਐਸਪੀ ਤੇ ਇੱਕ ਸੀਆਈਏ ਦੇ ਇੰਸਪੈਕਟਰ ਜਿਹੜੇ ਇੰਚਾਰਜ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਨਾਲ ਇੱਕ ਹੋਰ ਮੁਲਜ਼ਮ ਮੁਲਾਜ਼ਮ ਨੂੰ ਕਾਬੂ ਕੀਤਾ ਗਿਆ ਇਨ੍ਹਾਂ ਹੁਕਮਾਂ ਦੇ ਵਿੱਚ ਦੱਸਿਆ ਗਿਆ ਕਿ ਵਰਿੰਦਰ ਸਿੰਘ 21 ਸਤੰਬਰ 2023 ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਸੀ ਅਤੇ ਉਸਨੇ ਪੁਲਿਸ ਅਧਿਕਾਰੀਆਂ ਵੱਲੋਂ ਮਾਰੀਆਂ ਗਈਆਂ ਸੱਟਾਂ ਅਨਮਨੁੱਖੀ ਤੇ અપਮਾਨਜਨਕ ਵਿਵਹਾਰ ਬਾਰੇ ਆਪਣੇ ਬਿਆਨ ਦਰਜ ਕਰਵਾਉਣ ਦੀ ਬੇਨਤੀ ਕੀਤੀ ਸੀ। ਫਿਰ ਇਸ ਤੋਂ ਬਾਅਦ ਮੁਕਸਰ ਅਦਾਲਤ ਦੇ ਨਿਰਦੇਸ਼ ਦੀ ਪਾਲਣਾ ਕਰਦੇ ਹੋਏ ਮੁਕਸਰ ਪੁਲਿਸ ਨੇ ਸੋਮਵਾਰ ਨੂੰ ਪੁਲਿਸ ਸੁਪਰਡੈਂਟ ਰਮਨਦੀਪ ਸਿੰਘ ਪੁੱਲਰ ਇੰਸਪੈਕਟਰ ਰਮਨ ਕੁਮਾਰ ਅਤੇ ਚਾਰ ਹੋਰ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਥਿਤ ਗੈਰ ਕੁਦਰਤੀ ਅਪਰਾਧ ਅਪਰਾਧਿਕ ਧਮਕੀਆਂ ਸਮੇਤ ਕਈ ਇਲਜ਼ਾਮਾਂ ਦੇ ਜੋ ਇਲਜ਼ਾਮ ਲੱਗੇ ਨੇ ਉਸ ਦੇ ਤਹਿਤ ਕੇਸ ਦਰਜ ਕਰ ਲਿਆ ਸੀ ਉਧਰ ਅਕਾਲੀ ਦਲ ਨੇ ਵੀ ਅਕਾਲੀ ਦਲ ਨੇ ਵੀ ਵਕੀਲ ਵਰਿੰਦਰ ਸੰਧੂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਕਿ ਪੁਲਿਸ ਕਾਰਵਾਈ ਪੂਰੀ ਤਰ੍ਹਾਂ ਦੇ ਨਾਲ ਨਿੰਦਨਯੋਗ ਹੈ ਸਰਕਾਰ ਤੁਰੰਤ ਐਕਸ਼ਨ ਲਵੇ ਭਾਜਪਾ ਵੀ ਐਡਵੋਕੇਟ ਦੇ ਹੱਕ ਦੇ ਵਿੱਚ ਨੇਤਰੀ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਪੁਲਿਸ ਵੱਲੋਂ ਕੁਟਮਾਰ ਕਰਨ ਦੇ ਮਾਮਲੇ ਦੀ ਜਾਂਚ ਪੰਜਾਬ ਦੇ ਗਵਰਨਰ ਬਰਨਵਾਰੀ لال ਪ੍ਰੋਹਿਤ ਨੂੰ ਇੱਕ ਪੱਤਰ ਲੈ ਕੇ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਸੀਬੀ ਤੋਂ ਜਾਂਚ ਕਰਵਾਓ ਗਨਵਰ ਜਿਹੜੇ ਰਾਜਪਾਲ ਹੈ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜੋ ਐਸਆਈਟੀ ਬਣਾਈ ਗਈ ਹੈ ਪੁਲਿਸ ਦੀ ਇਸ ਤੇ ਸਾਨੂੰ ਯਕੀਨੀ ਨਹੀਂ ਤਾ ਸਰਕਾਰ ਦਾ ਰਵਈਆ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਨਿੰਦਨਯੋਗ ਹੈ ਕਿ ਪੁਲਿਸ ਵਾਲਿਆਂ ਨੂੰ ਇੰਨੀ ਖੁੱਲ ਦਿੱਤੀ ਹੋਈ ਹੈ ਤੇ ਇਸ ਐਸਆਈਟੀ ਤੇ ਸਾਨੂੰ ਭਰੋਸਾ ਨਹੀਂ ਹੈ ਤੇ ਇਹ ਸਾਰਾ ਮਾਮਲਾ ਹੈ ਜੋ ਮੁਖਸਰ ਦੇ ਵਿੱਚ ਵਕੀਲ ਦੇ ਨਾਲ ਕਟਮਾਰ ਹੋਈ ਹੈ ਉਸ ਨੂੰ ਤਸ਼ੱਦਦ ਆਇਆ ਗਿਆ ਕਥਿਤ ਤੌਰ ਦੇ ਉੱਪਰ ਤਾਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਹੈ ਬਾਹਰ ਐਸੋਸੀਏਸ਼ਨ ਨੇ ਇਹ ਮੁੱਦਾ ਚੱਕਿਆ ਹੋਇਆ ਸੀ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਵਕੀਲ ਹੜਤਾਲ ਤੇ ਸੀ ਇਸ ਤੋਂ ਇਲਾਵਾ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਵੀ ਵਕੀਲ ਹੜਤਾਲ ਤੇ ਚਲੇ ਗਏ ਸੀ ਤਾਂ ਵਰਿੰਦਰ ਜੋ ਐਡਵੋਕੇਟ ਹੈ ਉਸਨੇ ਇਹ ਆਪਣੀ ਅਦਾਲਤ ਦੇ ਵਿੱਚ 13 ਪੇਜਾਂ ਦੇ ਸਟੇਟਮੈਂਟ ਦਿੱਤੀ ਜਿਸ ਦੇ ਵਿੱਚ ਉਸਨੇ ਦੱਸਿਆ ਕਿ ਪੁਲਿਸ ਨੇ ਕਿਉ ਆਪਣੇ ਇੱਕ ਆਪਣੇ ਨਾਲ ਆਪਣੇ ਸਾਥੀ ਜੋ ਲੈ ਕੇ ਗਏ ਸੀ ਥਾਣੇ ਦੇ ਵਿੱਚ ਉਸ ਦੇ ਕੇਸ ਸੰਬੰਧੀ ਗੱਲਬਾਤ ਕਰਨ ਦੇ ਲਈ ਗਏ ਸੀ ਪਰ ਪੁਲਿਸ ਨੇ ਉਲਟਾ ਉਹਨਾਂ ਦੇ ਨਾਲ ਕੁੱਟਮਾਰ ਕਰਕੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਹਿਰਾਸਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਸਟਡੀ ਦੇ ਦੌਰਾਨ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਔਰ ਜਲੀਲ ਕੀਤਾ ਗਿਆ ਅਜਿਹੇ ਦਾਅਵੇ ਜਿਹੜੇ ਹੈ ਉਹ ਵਕੀਲ ਨੇ ਅਦਾਲਤ ਦੇ ਅੱਗੇ ਰੱਖੇ ਤੇ ਦੁਬਾਰਾ ਉਹਨਾਂ ਨੇ ਕਿਹਾ ਸੀ ਕਿ ਮੇਰੀ ਡਾਕਟਰੀ ਜਿਹੜੀ ਜਾਂਚ ਹੈ ਇੱਕ ਵਾਰ ਮੁੜ ਤੋਂ ਕੀਤੀ ਜਾਵੇ ਜਿਸ ਦੇ ਵਿੱਚ ਪਾਇਆ ਗਿਆ ਕਿ ਐਡਵੋਕੇਟ ਦੇ 18 ਸੱਟਾਂ ਵਜੀਆਂ ਹੋਈਆਂ ਨੇ